ਪੰਜਾਬ ਵਿੱਚ ਵੱਧ ਰਹੇ ਗੈਂਗ ਵਾਰ ਕਲਚਰ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਨੇ। ਬਠਿੰਡਾ ਪਹੁੰਚੇ ਪੰਜਾਬ ਦੇ ਏਡੀਜੀਪੀ ਨੇ ਦੱਸਿਆ ਕਿ ਸੂਬੇ ਵਿੱਚ ਫਿਲਹਾਲ 29 ਗੈਂਗਸਟਰ ਸਰਗਰਮ ਨੇ ਜਿਨ੍ਹਾਂ 'ਤੇ ਪੁਲਿਸ ਦੀ ਪੈਣੀ ਨਜ਼ਰ ਹੈ। ਪੰਜਾਬ ਪੁਲਿਸ ਆਮ ਲੋਕਾਂ ਦੀ ਸਹੂਲਤ ਦੇ ਲਈ ਨਵੀਂ ਪਹਿਲ ਕਰਨ ਜਾ ਰਹੀ ਹੈ, ਜਿਸ ਦੇ ਤਹਿਤ ਥਾਣੇ ਵਿੱਚ ਆਮ ਲੋਕਾਂ ਦੇ ਲਈ ਰਿਸੈਪਸ਼ਨ ਸੈਂਟਰ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਇਸ ਕੋਸ਼ਿਸ਼ ਦੇ ਤਹਿਤ ਪੁਲਿਸ ਆਪਣੇ ਵਿਭਾਗ ਦਾ ਅਕਸ ਸੁਧਾਰਨ ਦੇ ਨਾਲ ਨਾਲ ਥਾਣੇ ਪਹੁੰਚਣ ਵਾਲੇ ਲੋਕਾਂ ਨੂੰ ਸਨਮਾਨ ਅਤੇ ਸਹੂਲਤ ਦੇਣਾ ਚਾਹੁੰਦੀ ਹੈ। ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਨੇ ਦੱਸਿਆ ਕਿ ਅਕਸਰ ਲੋਕਾਂ ਨੂੰ ਥਾਣੇ ਦੇ ਬਾਹਰ ਇਧਰ ਉਧਰ ਬਹਿਣਾ ਪੈਂਦਾ। ਰਿਸੈਪਸ਼ਨ ਸੈਂਟਰ ਬਣਨ ਨਾਲ ਇਹਨਾਂ ਦੀ ਸ਼ਿਕਾਇਤ ਨੂੰ ਜ਼ਿਆਦਾ ਗੰਭੀਰਤਾ ਦੇ ਨਾਲ ਸੁਣਿਆ ਜਾ ਸਕੇਗਾ। ਅਸੀਂ ਫਿਰ ਸੋਚਿਆ ਕਿ ਕਿਉਂ ਨਾ ਇੱਥੇ ਰਿਸੈਪਸ਼ਨ ਰੂਮ ਬਣਾਈਏ ਹਰ ਥਾਣੇ ਦੇ ਵਿੱਚ, ਜਿੱਥੇ ਕੋਈ ਬੰਦਾ ਜੋ ਜਦੋਂ ਵੀ ਥਾਣੇ ਆਉਂਦਾ ਹੈ ਉਹਨੂੰ ਬੈਠਣ ਦੀ ਜਗ੍ਹਾ ਹੋਏ ਅਤੇ ਕੋਈ ਅਟੈਂਡ ਕਰਨ ਲਈ ਕੋਈ ਬੰਦਾ ਹੋਏ ਕਿ ਕਿਸ ਕੰਮ ਲਈ ਹੈ ਔਰ ਉਹਨੂੰ ਅਟੈਂਡ ਕਰੇਗੇ, ਔਰ ਇਸੀ ਪੈਟਰਨ 'ਤੇ ਬਾਕੀ ਥਾਣਿਆਂ ਦੇ ਵਿੱਚ ਵੀ ਸ਼ੁਰੂ ਕੀਤਾ ਜਾਏਗਾ। ਉੱਥੇ ਇਸ ਮੌਕੇ 'ਤੇ ਏਡੀਜੀਪੀ ਨੇ ਪੰਜਾਬ 'ਚ ਸਰਗਰਮ ਗੈਂਗਸਟਰਸ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਘਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਚਾਹੁਣ ਤਾਂ ਸਰੈਂਡਰ ਕਰ ਸਕਦੇ ਨੇ ਅਤੇ ਅਜਿਹਾ ਕਰਨ ਵਾਲੇ ਅਪਰਾਧੀਆਂ ਦੇ ਖਿਲਾਫ ਕਾਨੂੰਨ ਦੇ ਮੁਤਾਬਕ ਨਿਰਪੱਖ ਕਾਰਵਾਈ ਹੋਵੇਗੀ। ਬੜੇ ਯੰਗ ਏਜ ਦੇ ਮੁੰਡੇ ਉਹ ਮਿਸਗਾਈਡ ਹੋ ਜਾਂਦੇ ਹੈ ਔਰ ਉਸ ਚੀਜ਼ ਦਾ ਗਲਤ ਇੰਪ੍ਰੈਸ਼ਨ ਪਾ ਕੇ ਉਸ ਕੰਮਾਂ ਵਿੱਚ ਆ ਜਾਂਦੇ ਹੈ ਜਿਹੜੇ ਕਿ ਉਹ ਨਾ ਉਹਨਾਂ ਨੂੰ ਸੂਟ ਕਰਦੇ ਹੈ ਨਾ ਫਿਰ ਉਹ ਬਾਅਦ ਮੇਂ ਵੀ ਖੁਦ ਪਛਤਾਉਂਦੇ ਹੈ ਉਸ ਚੀਜ਼ ਨੂੰ ਲੈ ਕੇ। ਤੋ ਉਸ ਫੈਮਿਲੀਜ਼ ਨਾਲ ਵੀ ਅਸੀਂ ਮੀਟਿੰਗ ਕੀਤੀ ਕਿ ਜੋ ਵੀ ਵਾਪਸ ਪੇਸ਼ ਹੋਣਾ ਚਾਹੁੰਦਾ ਹੈ ਉਹ ਪੇਸ਼ ਵੀ ਹੋ ਸਕਦਾ ਹੈ ਔਰ ਕਾਨੂੰਨ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਕਾਰਵਾਈ ਕੀਤੀ ਜਾਏਗੀ। ਐਕਟਿਵ ਟੋਟਲੀ ਜੋ ਹੈ ਇਸ ਵੇਲੇ ਕੇਵਲ 29 ਜੋ ਹੈ ਕ੍ਰਿਮੀਨਲਸ ਨੇ ਇਸ ਤਰ੍ਹਾਂ। ਇਸ ਤੋਂ ਇਲਾਵਾ ਪੁਲਿਸ ਥਾਣਿਆਂ ਵਿੱਚ ਬੀਟ ਸਿਸਟਮ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਕੋਈ ਕ੍ਰਾਈਮ ਜਾਂ ਘਟਨਾ ਹੋਣ ਤੇ ਪੂਰਾ ਰਿਕਾਰਡ ਰੱਖਿਆ ਜਾਵੇਗਾ। ਗੋਬਿੰਦ ਸੈਣੀ, ਜ਼ੀ ਮੀਡੀਆ, ਬਠਿੰਡਾ। ਖੰਨਾ ਪੁਲਿਸ ਨੇ ਚੈਕਿੰਗ ਦੌਰਾਨ ਵੱਖ ਵੱਖ ਮਾਮਲਿਆਂ ਵਿੱਚ 2 ਸ਼ਖਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਖੰਨਾ ਪੁਲਿਸ ਨੇ ਚੈਕਿੰਗ ਦੇ ਦੌਰਾਨ 2 ਵੱਖੋ ਵੱਖ ਮਾਮਲਿਆਂ ਵਿੱਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਚੈਕਿੰਗ ਦੇ ਦੌਰਾਨ ਇੱਕ ਟਰੱਕ ਨੂੰ ਰੋਕਿਆ ਤਾਂ ਉਸਦਾ ਨੰਬਰ ਗਲਤ ਪਾਇਆ ਅਤੇ ਜਦੋਂ ਪੁਲਿਸ ਨੇ ਟਰੱਕ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਤਕਰੀਬਨ 20 ਕੁਇੰਟਲ ਤਾਰ ਬਰਾਮਦ ਹੋਈ। ਬਰਾਮਦ ਹੋਈ ਤਾਰ ਦੀ ਕੀਮਤ ਕਈ ਲੱਖਾਂ 'ਚ ਦੱਸੀ ਜਾ ਰਹੀ ਹੈ। ਪੁਲਿਸ ਨੇ ਟਰੱਕ ਅਤੇ ਸਮਾਨ ਨੂੰ ਕਬਜ਼ੇ 'ਚ ਲੈ ਕੇ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਿਹੜਾ ਸਮਾਨ ਸੀ ਜੋ ਕਿ ਤਕਰੀਬਨ ਜਿਸ ਦੀ ਮਿਲੀ ਤੀ 10 ਲੱਖ ਰੁਪਈਆ, ਉਹਦੀ ਚੋਰੀ ਕਰਕੇ ਇੱਥੇ ਆ ਕੇ ਅਤੇ ਉਹਨੇ ਕਿਸੇ ਨੂੰ ਵੇਚਣਾ ਸੀ, ਜੋ ਕਿ DSP ਅਤੇ SHO ਸਾਹਿਬ ਨੇ ਬਹੁਤ ਹੀ ਐਫੀਸ਼ੀਐਂਸੀ ਵਿਖਾਈ ਇਸ ਕੰਮ ਨੂੰ ਟਰੇਸ ਕਰਨ ਦੀ, ਅਤੇ ਉਹਨਾਂ ਦੇ ਅਗੇਂਸਟ ਜਿਹੜਾ ਟਰੱਕ ਮਾਲਕ ਹੈ ਅਤੇ ਜਿਹੜਾ ਟਰੱਕ ਦਾ ਕਲੀਨਰ ਹੈ ਉਹਨਾਂ ਦੇ ਖਿਲਾਫ਼ ਪਰਚਾ ਅੰਡਰ ਸੈਕਸ਼ਨ 411 ਰਜਿਸਟਰ ਕਰਕੇ ਅਤੇ 10 ਲੱਖ ਦੇ ਸਮਾਨ ਦੀ ਰਿਕਵਰੀ ਕੀਤੀ ਗਈ। ਉੱਥੇ ਦੂਜੇ ਮਾਮਲੇ 'ਚ ਪੁਲਿਸ ਨੇ ਇੱਕ ਟਰੱਕ ਡਰਾਈਵਰ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। ਪੁਲਿਸ ਨੂੰ ਇਹ ਬਰਾਮਦਗੀ ਨਾਕੇਬੰਦੀ ਦੌਰਾਨ ਟਰੱਕ ਦੀ ਤਲਾਸ਼ੀ ਲੈਂਦੇ ਵੇਲੇ ਹੋਈ। ਇਹਦੇ ਸਮਾਨ ਇੱਕ ਸਪੈਸ਼ਲ ਲੋਹੇ ਦੀ ਤਾਰ ਹੁੰਦੀ ਹੈ ਜੋ ਕਿ ਫੋਰਜਿੰਗ ਲਈ ਯੂਜ਼ ਹੁੰਦੀ ਹੈ ਅਤੇ ਉਹ ਕਾਫੀ ਮਹਿੰਗੀ ਹੁੰਦੀ ਹੈ। ਉਹ ਤਕਰੀਬਨ 20 ਕੁਇੰਟਲ ਦਾ ਸਮਾਨ ਸੀ ਜਿਸ ਦੀ ਟੋਟਲ ਕੀਮਤ ਵੇਖੀ ਜਾਵੇ ਤਾਂ ਤਕਰੀਬਨ 10 ਲੱਖ ਦੀ ਬਣਦੀ ਹੈ। ਸਰ ਉਹਨਾਂ 'ਤੇ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ? ਇਹ ਗੱਲ ਸਾਹਮਣੇ ਆ ਰਹੀ ਹੈ, ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ਾਇਦ ਇੱਕ ਟਰੱਕ ਇਹ ਪਹਿਲਾਂ ਵੀ ਲੈ ਕੇ ਆਏ ਸੀ, ਬਟ ਇਹ ਪੁੱਛਗਿੱਛ ਤੋਂ ਬਾਅਦ ਹੀ ਤੁਹਾਨੂੰ ਅਸੀਂ ਦੱਸ ਪਾਵਾਂਗੇ। ਪੁਲਿਸ ਨੂੰ ਆਸ ਹੈ ਕਿ ਦੋਵੇਂ ਫੜੇ ਗਏ ਮੁਲਜ਼ਮਾਂ ਤੋਂ ਕਈ ਹੋਰ ਰਾਜ਼ ਖੁੱਲਣਗੇ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਹੋਏਗਾ। ਹਰਪ੍ਰੀਤ ਧਾਲੀਵਾਲ, ਜ਼ੀ ਮੀਡੀਆ, ਖੰਨਾ।